ਤੇ ਯਸੂ ਸੀ ਤੇ ਗੁੱਸਾ ਹੀ ਬੜਾ। ਮੈਂ ਕਿਹਾ ਉਹ ਸਾਰੀ ਦੁਨੀਆਂ ਗੁੱਸੇ ਕਰਦੀ, ਤੂੰ ਵੀ ਆਪਣਾ ਗੁੱਸਾ ਦੱਸ ਦੇ, ਤੈਨੂੰ ਕੀ ਯਸੂ ਸੀ ਨਾ ਗੁੱਸਾ। ਕਹਿੰਦਾ ਤੁਸੀਂ ਕਿਹਾ ਸੀਗਾ ਪਰਮੇਸ਼ੁਰ ਨੇ ਜਗਤ ਨਾਲ ਐਸੀ ਮੁਹੱਬਤ ਕੀਤੀ, ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉੱਤੇ ਮਾਨ ਲਾਵੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਕਹਿੰਦਾ ਮੈਂ ਕੱਲ ਬਾਈਬਲ ਪੜ੍ਹ ਰਿਹਾ ਸੀ, ਉਹਦੇ 'ਚ ਯਸੂ ਮਸੀਹ ਕਹਿੰਦਾ, ਗੱਲ ਸੁਣ ਲਓ, ਪਹਿਲਾਂ ਤਾਂ ਕਹਿੰਦਾ ਇਹ ਕਹਿੰਦਾ ਵੀ ਤੁਹਾਨੂੰ ਲੋਕ ਜਿਹੜੇ ਮੇਲ ਕਰਾਉਂਦੇ ਆ, ਤੇ ਕਹਿੰਦਾ ਉਹ ਆਪ ਹੀ ਯਸੂ ਮਸੀਹ ਕਹਿ ਰਿਹਾ, ਗੱਲ ਸੁਣ ਲਓ ਮੇਰੀ, ਮੈਂ ਮੇਲ ਕਰਾਉਣ ਨਹੀਂ ਬਲਕਿ ਅੱਗ ਲਾਉਣ ਆਇਆ। ਕਹਿੰਦਾ ਪਹਿਲਾਂ ਹੀ ਸਾਡੇ ਘਰ 'ਚ ਬਥੇਰੀ ਅੱਗ ਲੱਗੀ ਹੋਈ ਹੈ ਤੇ ਅਸੀਂ ਹੋਰ ਨਹੀਂ ਭਾਜੀ ਲਾਉਣੀ। ਮੈਂ ਉਹਨੂੰ ਬਥੇਰਾ ਕਹਾਂ ਤੂੰ ਆਈ ਤੇਰੇ ਸੁਝਾਉਣਾ, ਕਿਉਂਕਿ ਸਾਨੂੰ ਵੀ ਉਹਨੂੰ ਇੰਨਾ ਤੋਂ ਨਹੀਂ ਪਤਾ ਸੀਗਾ ਚਲਾਉਣ ਦੇ ਬਾਰੇ। ਮੈਂ ਕਿਹਾ ਤੂੰ ਆਈ ਕੋਈ ਗੱਲ ਨਹੀਂ, ਤੇਰੇ ਸਾਰੇ ਭੇਖੇ ਕੱਢਾਂਗੇ। ਨਾ ਜੀ ਨਾ, ਕਹਿੰਦਾ ਆਪਾਂ ਨੂੰ ਅੱਗ ਲਾਉਣ ਵਾਲਾ ਨਹੀਂ ਚਾਹੀਦਾ, ਆਪਾਂ ਤਾਂ ਅੱਗ ਬੁਝਾਉਣ ਵਾਲਾ ਚਾਹੀਦਾ, ਅਧੂਰਾ ਗਿਆਨ। ਕਿੰਨਾ ਅਸੀਂ ਸੁਣਿਆ, ਕਈ ਵਾਰੀ ਜਦੋਂ ਅਸੀਂ ਗੱਲ ਕੋਈ ਕਰਦੇ ਹਾਂ ਤੇ ਅਗਲਾ ਬੰਦਾ ਸਾਡੀ ਪੂਰੀ ਗੱਲ ਨਹੀਂ ਸੁਣਦਾ ਤੇ ਵਿੱਚ ਬੋਲ ਪੈਂਦਾ ਤੇ ਉਹ ਕਈ ਵਾਰੀ ਝਗੜੇ ਦੀ ਵਜ੍ਹਾ ਬਣ ਜਾਂਦੀ, ਕਿਉਂਕਿ ਕਈ ਵਾਰੀ ਸ਼ੁਰੂ ਦੇ ਵਿੱਚ ਜਿਹੜੇ ਬੋਲ ਤੁਹਾਨੂੰ ਬਰਾਬਰ ਨਹੀਂ ਜਦੋਂ ਮਿਲਦੇ ਤੇ ਤੁਹਾਡੀ ਗੱਲ ਦਾ ਅਗਲਾ ਬੰਦਾ ਗਲਤ ਅਰਥ ਕੱਢ ਕੇ ਤੇ ਫਟਾਫਟ ਤੁਹਾਡੇ ਨਾਲ ਲੜਨ ਦੇ ਲਈ ਤਿਆਰ ਹੋ ਜਾਂਦਾ। ਦੀ ਵਜ੍ਹਾ ਕੀ ਕਿ ਉਹਨੇ ਤੁਹਾਡੀ ਗੱਲ ਨੂੰ ਪੂਰਾ ਸੁਣਿਆ ਨਹੀਂ, ਅਧੂਰੀ ਗੱਲ ਨੂੰ ਸੁਣ ਲਿਆ। ਅੱਜ ਕਲਾਮ ਦੇ ਨਾਲ ਵੀ ਇਹੋ ਕੁਛ ਹੋ ਰਿਹਾ, ਜਦੋਂ ਖੁਦਾ ਦੇ ਦਾਸ ਸੁਣਾਉਂਦੇ ਆ ਉਦੋਂ ਕਿਸੇ ਕੋਲ ਅੱਧਾ ਘੰਟਾ ਹੁੰਦਾ, ਕਿਸੇ ਕੋਲ ਇੱਕ ਘੰਟਾ ਹੁੰਦਾ, ਉਹਦੇ ਵਿੱਚ ਉਹ ਸਾਰੀ ਬਾਈਬਲ ਨੂੰ ਨਹੀਂ ਸੁਣਾ ਸਕਦੇ, ਸਾਰੇ ਟੌਪਿਕ ਨੂੰ ਖੋਲ ਨਹੀਂ ਸਕਦੇ, ਸਾਰੇ ਸਬਜੈਕਟ ਨੂੰ ਨਹੀਂ ਸਮਝਾ ਸਕਦੇ। ਉਹ ਕਈ ਵਾਰੀ ਫਿਰ ਇੱਦਾਂ ਹੁੰਦਾ ਵੀ ਉਹ ਅਜੇ 20% ਹੀ ਸੁਣਾਇਆ ਹੁੰਦਾ, 80% ਗੱਲਾਂ ਪਿੱਛੇ ਪਈਆਂ ਹੁੰਦੀਆਂ, ਲੇਕਿਨ 80% ਸੁਣੀਆਂ ਨਹੀਂ ਹੁੰਦੀਆਂ। ਸੁਣਨ ਵਾਲੇ ਜਿਹੜੇ ਲੋਕ ਆ ਉਹ ਆਪਣੇ ਹਿਸਾਬ ਦੇ ਨਾਲ ਉਦੋਂ ਉਹਦੇ ਤੱਤ ਕੱਢਦੇ ਆ ਵੀ ਉਹ ਤੇ ਆਹ ਗੱਲ ਕਹਿ ਗਏ ਸੀਗੇ, ਇਹ ਗੱਲ ਤੇ ਇੱਦਾਂ ਹੈ ਨਹੀਂ, ਇਹ ਤੇ ਬਾਈਬਲ ਤੇ ਆਹ ਵੀ ਦੱਸਦੀ ਹੈ, ਬਾਈਬਲ ਉੱਤੇ ਆਹ ਗੱਲ ਵੀ ਦੱਸਦੀ ਹੈ, ਬਾਈਬਲ ਉੱਤੇ ਆਹ ਗੱਲ ਵੀ ਦੱਸਦੀ। ਪਰ ਉਦੋਂ ਇਹ ਭੁੱਲ ਜਾਂਦੇ ਆ ਵੀ ਜਿਹੜਾ ਪੁਲਪਟ ਤੇ ਖੜਾ ਹੋ ਕੇ ਸੁਣਾ ਰਿਹਾ ਉਹਨੇ ਵੀ ਇਸ ਬਾਈਬਲ ਨੂੰ ਪੜ੍ਹਿਆ ਹੋਇਆ, ਤੈਨੂੰ ਪਤਾ ਵੀ ਬਾਈਬਲ ਕਿੱਥੇ ਕਿੱਥੇ ਕਿਹੜੀ ਕਿਹੜੀ ਗੱਲ ਦੱਸਦੀ। ਪਰ ਉਹ ਆਪਣੇ ਆਪ ਦੇ ਵਿੱਚ ਸਿਆਣੇ ਬਣਨ ਦੀ ਜਦੋਂ ਕੋਸ਼ਿਸ਼ ਕਰਦੇ, ਅਧੂਰੀ ਗੱਲ ਜਦੋਂ ਅਸੀਂ ਸੁਣਦੇ ਹਾਂ, ਗੱਲ ਕਲਾਮ ਨੂੰ ਜਦੋਂ ਤੱਕ ਅਸੀਂ ਪੂਰੀ ਤਰੀਕੇ ਦੇ ਨਾਲ ਨਹੀਂ ਸੁਣਦੇ, ਓਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਤੇ ਬਰਕਤ ਜਿਹੜੀ ਹੈ ਉਹ ਨਹੀਂ ਆਉਂਦੀ, ਨਹੀਂ ਆ ਸਕਦੀ। ਕਿਉਂ? ਕਿਉਂਕਿ ਅੱਜ ਅਸੀਂ ਸਿੱਖਦੇ ਹਾਂ ਕਲਾਮ ਦੇ ਵਿੱਚੋਂ ਖੁਦਾਵੰਦ ਖੁਦਾ ਨੂੰ ਹਰ ਗੱਲ ਚੇਤੇ ਹੈ, ਤੇ ਜੇ ਖੁਦਾਵੰਦ ਖੁਦਾ ਨੂੰ ਹਰ ਗੱਲ ਚੇਤੇ ਹੈ ਤੇ ਫਿਰ ਸਾਨੂੰ ਵੀ ਹਰ ਗੱਲ ਚੇਤੇ ਰੱਖਣੀ ਚਾਹੀਦੀ ਹੈ। ਜੇ ਖੁਦਾਵੰਦ ਖੁਦਾ ਦਾ ਕਲਾਮ ਦੱਸਦਾ ਹੈ ਕਿ ਉਹਨੇ ਕਿਵੇਂ ਕਿਵੇਂ ਇਸਰਾਇਲੀਆਂ ਦੇ ਨਾਲ, ਇਬਰਾਨੀ ਕੌਮ ਦੇ ਨਾਲ ਕਿਵੇਂ ਕਿਵੇਂ ਭਲਾਈਆਂ ਕੀਤੀਆਂ, ਤੇ ਉਹ ਵਾਅਦੇ ਜਿਹੜੇ ਉੱਥੋਂ ਤੁਰੇ ਆ ਰਹੇ ਆ ਔਰ ਅੱਗੇ ਆ ਕੇ ਦੱਸਦੇ ਆ ਸਾਰਾ ਕੁਛ, ਉਹਨਾਂ ਵਾਅਦਿਆਂ ਦੇ ਵਿੱਚ ਫਿਰ ਸਾਨੂੰ ਯਕੀਨ ਰੱਖਣਾ ਚਾਹੀਦਾ ਕਿ ਖੁਦਾ ਸਾਡੇ ਨਾਲ ਉਸੇ ਤਰੀਕੇ ਦੇ ਨਾਲ ਵਫ਼ਾਦਾਰ ਰਹੇਗਾ। ਖੁਦਾਵੰਦ ਖੁਦਾ ਨੂੰ ਚੇਤੇ ਸੀ ਔਰ ਪਹਿਲਾ ਬਾਦਸ਼ਾਹ ਬਣਾਇਆ ਔਰ ਉਹਨੂੰ ਪਹਿਲਾਂ ਇਹ ਹੁਕਮ ਦਿੱਤਾ, ਕਹਿੰਦਾ ਹੁਣ ਤੂੰ ਇਸ ਤਰ੍ਹਾਂ ਕਰ, ਆਪਣੀ ਸੈਨਾ ਨੂੰ ਤਿਆਰ ਕਰ, ਇਸ ਕੌਮ ਦੇ ਨਾਲ ਮੇਰੀ ਇੱਕ ਬੜੀ ਵੱਡੀ ਦੁਸ਼ਮਣੀ ਹੈ, ਇਹਨਾਂ ਨੇ ਮੇਰੇ ਲੋਕਾਂ ਦਾ ਨਿਰਾਦਰ ਕੀਤਾ ਸੀ, ਉਹਨਾਂ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਸੀ, ਇਸ ਕਰਕੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਕੌਮ ਦਾ ਮੈਂ ਨਾਮੋ ਨਿਸ਼ਾਨ ਹੀ ਮਿਟਾ ਦੇਵਾਂਗਾ। ਹੁਣ ਤੈਨੂੰ ਬਾਦਸ਼ਾਹ ਹੋਣ ਲਈ ਮੁਕਰਰ ਕੀਤਾ ਗਿਆ ਤੇ ਹੁਣ ਤੂੰ ਆਪਣੀ ਸੈਨਾ ਨੂੰ ਲੈ ਔਰ ਇਹਨਾਂ ਨੂੰ ਤੂੰ ਮੁੱਢੋ ਮੁਕਾ ਦੇ, ਇਹਨਾਂ ਦਾ ਕੁਛ ਵੀ ਛੱਡੀ ਨਾ, ਇੱਥੋਂ ਤੱਕ ਕਿ ਰਹਿਮ ਨਾ ਕਰੀ, ਤੇਰੇ ਮਨ ਦੇ ਵਿੱਚ ਰਹਿਮ ਨਾ ਆਵੇ, ਦੁੱਧ ਪੀਂਦੇ ਬੱਚੇ ਤੱਕ ਵੀ ਕਤਲ ਕਰਨੇ ਆ ਤੂੰ, ਉਹਨਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਬਚਣੀ ਨਹੀਂ ਚਾਹੀਦੀ, ਉਹਨਾਂ ਦਾ ਮਾਲ ਡੰਗਰ ਤੱਕ, ਉਹਨਾਂ ਦੇ ਧੀ ਪੁੱਤਰ ਸਭ ਕੁਛ ਤੂੰ ਨਾਸ਼ ਕਰ ਦੇ। ਇੱਕ ਦਿਨ ਮੈਂ ਵਿਚਾਰ ਕਰਦਾ ਸੀ, ਖੁਦਾਵੰਦ ਖੁਦਾ ਨਹੀਂ ਚਾਹੁੰਦਾ ਕਿ ਇਨਸਾਨ ਇਨਸਾਨ ਦਾ ਕਤਲ ਕਰੇ, ਕਿਉਂ? ਕਿਉਂਕਿ ਖੁਦਾਵੰਦ ਖੁਦਾ ਨੇ ਇਨਸਾਨ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ, ਇਸ ਕਰਕੇ ਫਿਰ ਉਹਨੇ ਕਾਇਨ ਦੇ ਨਾਲ ਗਿਲਾ ਕੀਤਾ ਕਿ ਤੇਰੇ ਭਰਾ ਦਾ ਜਿਹੜਾ ਖੂਨ ਆ ਉਹ ਮਿੱਟੀ ਦੇ ਵਿੱਚੋਂ ਆਵਾਜ਼ਾਂ ਮਾਰਦਾ ਹੈ, ਤੂੰ ਮੇਰੇ ਸਰੂਪ ਨੂੰ ਕਤਲ ਕੀਤਾ, ਤੂੰ ਮੇਰੇ ਸਰੂਪ ਦੇ ਉੱਤੇ ਹੱਥ ਪਾਇਆ, ਤੂੰ ਮੇਰੇ ਸਰੂਪ ਦੇ ਬਣਾਏ ਬੰਦੇ ਦਾ ਕਤਲ ਕੀਤਾ, ਤੂੰ ਚੰਗਾ ਕੰਮ ਨਹੀਂ ਕੀਤਾ। ਖੁਦਾਵੰਦ ਖੁਦਾ ਨੇ ਸਰਾਪ ਦਿੱਤਾ ਉਹਨੂੰ, ਔਰ ਮੈਂ ਸੋਚਦਾ ਸੀ ਕਿ ਖੁਦਾ ਦੇ ਸਰੂਪ ਦੇ ਉੱਤੇ ਤੇ ਫਿਰ ਹਰ ਬੰਦਾ ਹੀ ਬਣਿਆ ਹੋਇਆ, ਤੇ ਫਿਰ ਕਿਤੇ ਤੇ ਖੁਦਾ ਗੁੱਸਾ ਕਰ ਰਿਹਾ ਹੈ ਵੀ ਤੁਸੀਂ ਮੇਰੇ ਸਰੂਪ ਦਾ ਨਾਸ਼ ਕਰ ਦਿਓ, ਤੇ ਕਿਤੇ ਉਹ ਆਪ ਕਹਿ ਰਿਹਾ ਹੈ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਹੁਣ ਇਹਨਾਂ ਨੂੰ ਛੱਡੀ ਹੋਣਾ, ਇਹਨਾਂ ਨੂੰ ਮਾਰ ਦਿਓ। ਕਈ ਜਗ੍ਹਾ ਤੇ ਅਸੀਂ ਪੜ੍ਹਦੇ ਹਾਂ ਖੁਦਾਵਾਂ ਖੁਦਾ ਨੇ ਐਸੇ ਹੁਕਮ ਦਿੱਤੇ, ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਇਹਨੂੰ ਗਹਿਰਾਈ ਨਾਲ ਸਮਝਦੇ ਹਾਂ ਤੇ ਫਿਰ ਸਾਰੀਆਂ ਗੱਲਾਂ ਸਾਡੇ ਅੱਗੇ ਖੁੱਲ੍ਹ ਕੇ ਸਾਹਮਣੇ ਆਉਂਦੀਆਂ, ਲੇਕਿਨ ਜਦੋਂ ਅਸੀਂ ਅਧੂਰਾ ਸੁਣਿਆ ਹੁੰਦਾ ਤੇ ਫਿਰ ਸਾਨੂੰ ਉਹ ਗੱਲ ਜਿਹੜੀ ਆ ਉਹ ਬਰਾਬਰ ਸਮਝ ਨਹੀਂ ਆਉਂਦੀ ਕਿ ਖੁਦਾ ਦੀ ਯੋਜਨਾ ਕੀ ਹੈ, ਖੁਦਾ ਦੀ ਪਲਾਨਿੰਗ ਕੀ ਹੈ, ਖੁਦਾ ਕਿਸ ਬੰਦੇ ਤੋਂ ਕੀ ਕਰਵਾਉਣਾ ਚਾਹੁੰਦਾ ਹੈ। ਲੇਕਿਨ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਖੁਦਾ ਦਾ ਕਲਾਮ ਨਾ ਗਲਤ ਸੀ, ਨਾ ਹੈ ਤੇ ਨਾ ਹੋ ਸਕਦਾ ਹੈ। ਹਾਲੇ ਜੋਈਏ, ਮੈਂ ਅਮਾ ਲਈ ਕਿਹਾ ਚੇਤਾ ਆਕਾਸ਼ ਤੋਂ ਮਿਟਾ ਦੇਵਾਂਗਾ, ਉਹਨੂੰ ਹੁਕਮ ਦਿੱਤਾ ਸ਼ੌਲ ਨੂੰ ਵੀ ਤੂੰ ਇਹ ਸਭ ਕੁਛ ਕਰਨਾ ਹੈ, ਲੇਕਿਨ ਸ਼ੌਲ ਨੇ ਇਹਦੇ ਸਭ ਕੁਛ ਉਲਟ ਕੀਤਾ। ਔਰ ਬਾਅਦ ਵਿੱਚ ਜਦੋਂ ਖੁਦਾਵੰਦ ਖੁਦਾ ਨੇ ਸੈਮੂਅਲ ਦੇ ਦੁਆਰਾ ਉਹਦੇ ਕੋਲ ਸੁਨੇਹਾ ਭੇਜਿਆ ਤੇ ਫਿਰ ਹੁਣ ਆਪਣੀ ਸਫਾਈ ਦੇ ਵਿੱਚ ਕਹਿ ਰਿਹਾ, ਕਹਿੰਦਾ ਇਹ ਤਾਂ ਚੰਗੀਆਂ ਚੰਗੀਆਂ ਚੀਜ਼ਾਂ ਮੈਂ ਇਸ ਕਰਕੇ ਰੱਖ ਲਈਆਂ ਸੀਗੀਆਂ ਕਿ ਖੁਦਾ ਦੇ ਅੱਗੇ ਇਹਨੂੰ ਭੇਟ ਚੜਾਉਣ। ਕਈ ਵਾਰ ਅਸੀਂ ਐਸੇ ਤਰੀਕੇ ਅਪਣਾਉਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ
ਸਾਨੂੰ ਲੱਗਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਕਰਕੇ ਸ਼ਾਇਦ ਖੁਦਾ ਨੂੰ ਜ਼ਿਆਦਾ ਖੁਸ਼ ਕਰ ਦੇਵਾਂਗੇ, ਲੇਕਿਨ ਖੁਦਾ ਦਾ ਕਲਾਮ ਕਹਿੰਦਾ ਮੈਂ ਬਲੀਦਾਨ ਨੂੰ ਨਹੀਂ ਬਲਕਿ ਦਇਆ ਨੂੰ ਚਾਹੁੰਦਾ ਹਾਂ। ਮੈਂ ਇਹ ਚਾਹੁੰਦਾ ਕਿ ਮੇਰੀ ਕਹੀ ਹੋਈ ਜਿਹੜੀ ਗੱਲ ਹੈ ਜਿਹੜੀ ਤੁਸੀਂ ਸੁਣੀ ਹੈ ਤੁਸੀਂ ਉਹਨੂੰ ਪੂਰਾ ਕਰੋ। ਪਰ ਕਈ ਵਾਰੀ ਅਸੀਂ ਉਹ ਤੋਂ ਹਟ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਖੁਦਾ ਨੂੰ ਪਸੰਦ ਨਹੀਂ ਹੈ। ਖੁਦਾ ਨੇ ਜੇ ਕਿਹਾ ਹੈ ਕਿ ਮਿਲਾਪ ਦੇ ਤੰਬੂ ਨੂੰ ਬਣਾਉਣਾ ਤੇ ਉਹਦੇ ਲਈ ਆਹ ਕਾਨੂੰਨ ਹੈ ਤੇ ਫਿਰ ਉਸੇ ਕਾਨੂੰਨ ਦੇ ਵਿੱਚ ਉਹ ਬਣੂਗਾ ਤੇ ਖੁਦਾ ਖੁਸ਼ ਹੋਊਗਾ, ਉੱਥੇ ਸਾਡੀ ਮਰਜ਼ੀ ਨਹੀਂ ਚੱਲਣੀ। ਜੋ ਉਹਨੇ ਕਿਹਾ ਕਿ ਹੈਕਲ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਤੇ ਫਿਰ ਜਿਸ ਤਰ੍ਹਾਂ ਖੁਦਾ ਨੇ ਹੁਕਮ ਲਾਇਆ ਉਸੇ ਤਰ੍ਹਾਂ ਹੈਕਲ ਬਣੂਗੀ ਤੇ ਫਿਰ ਖੁਦਾ ਖੁਸ਼ ਹੋਊਗਾ। ਜੇ ਉਹਨੇ ਕਿਹਾ ਵੀ ਨੇਮ ਦੇ ਸੰਦੂਕ ਨੂੰ ਲੋਕ ਮੋਢਿਆਂ ਉੱਤੇ ਚੁੱਕ ਕੇ ਲਿਜਾਣਗੇ ਤੇ ਫਿਰ ਖੁਦਾ ਦੀ ਮਰਜ਼ੀ ਹੈ ਕਿ ਉਹਨੂੰ ਮੋਢਿਆਂ ਦੇ ਉੱਤੇ ਚੁੱਕਿਆ ਜਾਵੇ। ਪਰ ਉਹਨੇ ਗਲਤੀ ਕੀਤੀ ਆਪਣੇ ਤਰੀਕੇ ਦੇ ਨਾਲ ਕੀਤਾ, ਵਧੀਆ ਉਹਨਾਂ ਨੇ, ਪਰ ਖੁਦਾ ਨੂੰ ਪਸੰਦ ਨਹੀਂ ਆਇਆ। ਆਪਣੇ ਤਰੀਕੇ ਦੀ ਧੂਫ ਦਿਖਾਉਣ ਲਗੇ ਉਹ, ਪਰ ਖੁਦਾ ਨੂੰ ਪਸੰਦ ਨਹੀਂ ਆਈ। ਖੁਦਾ ਨੂੰ ਇਹ ਨਹੀਂ ਪਸੰਦ ਕਿ ਅਸੀਂ ਦਿੰਦੇ ਕੀ ਹਾਂ, ਖੁਦਾ ਨੂੰ ਇਹ ਪਸੰਦ ਆ ਵੀ ਅਸੀਂ ਜਿਸ ਤਰੀਕੇ ਨਾਲ ਉਹਨੇ ਕਿਹਾ ਉਸ ਤਰੀਕੇ ਦੇ ਨਾਲ ਕਰਦੇ ਹਾਂ ਕਿ ਨਹੀਂ ਕਰਦੇ। ਖੁਦਾ ਕਹਿੰਦਾ ਕਿ ਤੁਸੀਂ ਅਗਰ ਮੇਰੀ ਆਵਾਜ਼ ਨੂੰ ਸੁਣਦੇ ਹੋ ਮੈਂ ਤੁਹਾਡੀ ਜ਼ਿੰਦਗੀ ਬਦਲ ਸਕਦਾ ਹਾਂ। ਖੁਦਾ ਚਾਹੁੰਦਾ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣੀਏ ਤੇ ਜਿਸ ਤਰੀਕੇ ਦਾ ਉਹਨੇ ਹੁਕਮ ਦਿੱਤਾ ਹੈ ਉਸ ਤਰੀਕੇ ਦੇ ਨਾਲ ਅਸੀਂ ਕੰਮ ਕਰੀਏ। ਪਰ ਅਸੀਂ ਫਿਰ ਆਪਣੇ ਹੀ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੰਦੇ ਹਾਂ। ਬੜੀ ਵਾਰੀ ਮੈਨੂੰ ਅਫਸੋਸ ਹੁੰਦਾ ਹੈ, ਖੁਦਾ ਨੂੰ ਖੁਦਾ ਦੇ ਕਲਾਮ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਫਿਰ ਵੀ ਅੱਜ ਸਾਡੇ ਬਹੁਤ ਸਾਰੇ ਐਸੇ ਕ੍ਰਿਸਚਨ ਲੋਕ ਹੀ ਹੈ ਜਿਹੜੇ ਇਹਨਾਂ ਚੀਜ਼ਾਂ 'ਚ ਫਸੇ ਹੋਏ ਆ ਔਰ ਉਹਨਾਂ ਵਿੱਚ ਫਸੇ ਰਹਿਣਾ ਚਾਹੁੰਦੇ ਆ। ਮੈਂ ਕਿਤੇ ਨਹੀਂ ਹੁਕਮ ਪਾਇਆ ਬਾਈਬਲ ਦੇ ਵਿੱਚੋਂ ਵੀ ਤੁਸੀਂ ਕੋਈ ਈਦ ਮਨਾਉਣੀ ਆ। ਮੈਂ ਕਿਤੇ ਨਹੀਂ ਇਹੋ ਜਿਹਾ ਹੁਕਮ ਪਾਇਆ ਬਾਈਬਲ ਦੇ ਵਿੱਚੋਂ ਵੀ ਤੁਸੀਂ ਇਹਨਾਂ ਕਿਸਮਾਂ ਦੇ ਰੋਜ਼ੇ ਰੱਖਣੇ ਆ, ਜਾਂ ਤੁਸੀਂ ਜਿੰਨੇ ਰੋਜ਼ੇ ਯਿਸੂ ਮਸੀਹ ਨੇ ਰੱਖੇ ਤੁਸੀਂ ਉਨੇ ਰੱਖਣੇ ਆ, ਜਾਂ ਜਿੰਨੇ ਦਿਨ ਮੂਸਾ ਪਹਾੜ ਦੇ ਉੱਤੇ ਰਿਹਾ ਸੀ ਤੁਸੀਂ ਉਨੇ ਦਿਨ ਰੋਜ਼ੇ ਰੱਖਣੇ। ਲੇਕਿਨ ਉਹ ਲੋਕ ਰੀਤ ਦੇ ਮੁਤਾਬਕ ਉਹਨਾਂ ਰੋਜ਼ਿਆਂ ਨੂੰ ਰੱਖ ਕੇ ਆਪਣੇ ਆਪ ਨੂੰ ਭੁੱਖਿਆਂ ਵੀ ਰੱਖਦੇ ਆ, ਆਪਣੇ ਆਪ ਨੂੰ ਤਕਲੀਫ ਵੀ ਦਿੰਦੇ ਆ, ਲੇਕਿਨ ਉਹ ਜੇ ਸਮਝਣ ਕਿ ਉਹਨਾਂ ਦਾ ਰੋਜ਼ਾ ਉਹਦੇ ਹਜ਼ੂਰ ਕਬੂਲ ਆ ਤੇ ਬਿਲਕੁਲ ਗਲਤ ਗੱਲ ਆ। ਇਹ ਬਾਈਬਲ ਸਾਫ਼ ਬਿਆਨ ਕਰਦੀ। ਉਲਟਾ ਅਸੀਂ ਇਹੋ ਜਿਹੇ ਕਰਮ ਕਰਕੇ ਖੁਦਾ ਦੇ ਕ੍ਰੋਧ ਨੂੰ ਹੋਰ ਵਧਾਉਂਦੇ ਹਾਂ ਬਲਕਿ ਘਟਾਉਂਦੇ ਨਹੀਂ ਹਾਂ। ਜਿਹੜਾ ਖੁਦਾ ਨੇਮ ਦੇ ਸੰਦੂਕ ਨੂੰ ਕਹਿੰਦਾ ਵੀ ਮੈਂ ਇਸ ਤੁਹਾਡੇ ਵਧੀਆ ਬਣਾਏ ਹੋਏ ਰੱਥ ਦੇ ਉੱਤੇ ਪਸੰਦ ਨਹੀਂ ਕਰਦਾ, ਮੇਰੀ ਇੱਛਾ ਇਹ ਸੀ ਵੀ ਇਹਨੂੰ ਮੋਢਿਆਂ ਦੇ ਉੱਤੇ ਤੁਸੀਂ ਚੁੱਕ ਕੇ ਲਿਜਾਓ। ਉਹਨਾਂ ਨੇ ਉਸ ਤੋਂ ਵਧੀਆ ਕੀਤਾ ਲੇਕਿਨ ਖੁਦਾ ਨੂੰ ਪਸੰਦ ਨਹੀਂ ਆਇਆ। ਉਹ ਲਿਖਿਆ ਵੀ ਇੱਕ ਥਾਂ ਦੇ ਉੱਤੇ ਜਦੋਂ ਪੱਥਰ ਰਾਹ ਦੇ ਵਿੱਚ ਆ ਗਿਆ ਤੇ ਡਿੱਗਣ ਲੱਗਾ ਤੇ ਉਹਨਾਂ ਨੇ ਹੱਥ ਦੇ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਖੁਦਾ ਨੂੰ ਕ੍ਰੋਧ ਉਹਦਾ ਜਾਗਿਆ। ਕਹਿੰਦਾ ਕੀ ਹੁਣ ਮੈਨੂੰ ਮਨੁੱਖ ਦੇ ਹੱਥਾਂ ਦੇ ਸਹਾਰੇ ਦੀ ਜ਼ਰੂਰਤ ਪੈ ਗਈ? ਉਹਦੀ ਵਜ੍ਹਾ ਇਹ ਸੀ ਕਿ ਖੁਦਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਉਹਨੇ ਸਾਨੂੰ ਕਿਹਾ ਆ ਅਸੀਂ ਉਸ ਤਰੀਕੇ ਨਾਲ ਉਹਨੂੰ ਵਧਾਈਏ ਨਾ ਤੇ ਨਾ ਉਹਨੂੰ ਘਟਾਈਏ। ਅਸੀਂ ਕਈ ਵਾਰੀ ਕੁਛ ਵਧਾ ਦਿੰਦੇ ਹਾਂ ਤੇ ਕੁਛ ਘਟਾ ਦਿੰਦੇ, ਨਾ ਉਹਨੂੰ ਵਧਿਆ ਹੋਇਆ ਪਸੰਦ ਹੈ ਤੇ ਨਾ ਉਹਨੂੰ ਘਟਿਆ ਹੋਇਆ ਪਸੰਦ ਆ। ਉਹਨੂੰ ਉਹ ਪਸੰਦ ਹੈ ਜਿਵੇਂ ਉਹਨੇ ਕਿਹਾ ਉਸ ਤਰੀਕੇ ਦੇ ਨਾਲ ਅਸੀਂ ਕਰੀਏ। ਜਦੋਂ ਉਸ ਤਰੀਕੇ ਦੇ ਨਾਲ ਕਰਦੇ ਹਾਂ ਤੇ ਫਿਰ ਖੁਦਾ ਖੁਸ਼ ਹੁੰਦਾ ਹੈ। ਖੁਦਾਵੰਦ ਖੁਦਾ ਹਰ ਗੱਲ ਚੇਤੇ ਰੱਖਦਾ ਹੈ। ਸਾਨੂੰ ਇਸ ਚੀਜ਼ ਦਾ ਧਿਆਨ ਰੱਖ ਲੈਣਾ ਚਾਹੀਦਾ, ਆਪਣੇ ਮਨ ਦੇ ਵਿੱਚ ਵਸਾ ਲੈਣਾ ਚਾਹੀਦਾ ਕਿ ਉਹਨੇ ਜਿੰਨੇ ਵੀ ਵਾਅਦੇ ਸਾਡੇ ਨਾਲ ਕੀਤੇ ਆ ਉਹ ਸਾਰੇ ਉਹਨੂੰ ਚੇਤੇ ਆ। ਪਰ ਅਫਸੋਸ ਕਿ ਸਾਨੂੰ ਕੋਈ ਵੀ ਗੱਲ ਚੇਤੇ ਨਹੀਂ ਹੈ। ਜਦੋਂ ਅਸੀਂ ਚੇਤੇ ਰੱਖਾਂਗੇ ਤੇ ਫਿਰ ਖੁਦਾ ਸਾਡੇ ਉੱਤੇ ਕਿਰਪਾ ਕਰਦਾ ਰਹੇਗਾ, ਦਿਨ ਪ੍ਰਤੀ ਦਿਨ ਸਾਡੇ ਉੱਤੇ ਕਿਰਪਾ ਹੁੰਦੀ ਜਾਵੇਗੀ। ਸੁਣਨਾ ਕਿੰਨਾ ਜ਼ਰੂਰੀ ਹੈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਉੱਥੇ ਲਿਖਿਆ ਵੀ ਇੱਕ ਇਨਸਾਨ ਤਿੱਬਤ ਦੇ ਇਲਾਕੇ ਦੇ ਵਿੱਚ ਚਲਾ ਗਿਆ। ਉੱਥੇ ਕੋਈ ਗੁਰੂ ਸੀਗਾ, ਅੱਛੇ ਤਜਰਬੇਕਾਰ ਔਰ ਅੱਛੀਆਂ ਕਰਾਮਾਤਾਂ ਦਿਖਾਉਂਦਾ ਸੀ ਔਰ ਉਹਦਾ ਜਾ ਕੇ ਇੱਕ ਸ਼ਗਿਰਦ ਨਵਾਂ ਨਵਾਂ ਬਣ ਗਿਆ। ਗੁਰੂ ਦੀ ਬੜੀ ਪ੍ਰਸ਼ੰਸਾ ਲੋਕ ਸੁਣਦੇ ਸੀ, ਉਸਤਾਦ ਦੀ ਬੜੀ ਪ੍ਰਸ਼ੰਸਾ ਹੁੰਦੀ ਸੀ ਔਰ ਨਵਾਂ ਚੇਲਾ ਜਿਹੜਾ ਉੱਥੇ ਗਿਆ ਉਹ ਸੁਣ ਰਿਹਾ ਸੀਗਾ ਔਰ ਸੁਣਦੇ ਸੁਣਦੇ ਉਹਦੇ ਮਨ 'ਚ ਕੀ ਆਇਆ, ਜਿੱਦਾਂ ਹੀ ਉਹਨੇ ਸੁਣਿਆ ਖੁਦਾ ਦੇ ਕਲਾਮ ਨੂੰ, ਖੁਦਾ ਦਾ ਬੰਦਾ ਅੱਗੇ ਦੱਸ ਰਿਹਾ ਸੀਗਾ ਕਿ ਅਗਰ ਤੁਸੀਂ ਖੁਦਾ ਦੇ ਕਲਾਮ ਨੂੰ ਧਿਆਨ ਦੇ ਨਾਲ ਸੁਣੋ ਤੇ ਤੁਸੀਂ ਪਾਣੀਆਂ ਦੇ ਉੱਤੇ ਤੁਰ ਸਕਦੇ ਹੋ। ਅਗਰ ਤੁਸੀਂ ਖੁਦਾ ਦੇ ਕਲਾਮ ਨੂੰ ਸੁਣੋ, ਵਾਕਿਆ ਤੁਸੀਂ ਪਹਾੜ ਦੇ ਉੱਤੇ ਛਲਾਂਗ ਲਗਾ ਦਿਓ ਤੇ ਤੁਹਾਨੂੰ ਕੁਛ ਨਹੀਂ ਹੋ ਸਕਦਾ, ਖੁਦਾ ਤੁਹਾਨੂੰ ਸੇਫ ਕਰ ਸਕਦਾ ਹੈ। ਪਰ ਜੇ ਤੁਸੀਂ ਧਿਆਨ ਲਗਾ ਕੇ ਸੁਣੋ। ਉਹ ਨਵਾਂ ਨਵਾਂ ਸ਼ਗਿਰਦ ਸੀ, ਉਹ ਉਸਤਾਦ ਦੇ ਵਰਗ ਨੂੰ ਪੂਰਾ ਬਣਨਾ ਚਾਹੁੰਦਾ ਸੀ ਔਰ ਉਹਨੇ ਮਨ ਵਿੱਚ ਵੀ ਜਦੋਂ ਬਿਠਾ ਲਈ ਗੱਲ ਨੂੰ ਸੁਣਿਆ ਤੇ ਉਹਨੇ ਗੌਰ ਦੇ ਨਾਲ ਸੁਣਿਆ ਤੇ ਉਹਨੂੰ ਇਹ ਯਕੀਨ ਹੋ ਗਿਆ ਕਿ ਵਾਕਿਆ ਹੀ ਜੇ ਸੁਣਿਆ ਜਾਵੇ ਤੇ ਮਨ ਦੇ ਵਿੱਚ ਰੱਖ ਲਿਆ ਜਾਵੇ ਤੇ ਵਾਕਿਆ ਹੀ ਅਸੀਂ ਇਹ ਸਭ ਕੁਛ ਕਰ ਸਕਦੇ ਹਾਂ। ਉਹਨੇ ਬੜਾ ਸੋਹਣਾ ਸੁਣਿਆ, ਸੁਣ ਕੇ ਉਹ ਨਦੀ ਉੱਤੇ ਗਿਆ ਤੇ ਨਦੀ ਪਾਰ ਕਰਕੇ ਦੂਸਰੇ ਪਾਸੇ ਪੈਰ ਪੈਰ ਚੱਲ ਕੇ ਉਹ ਪਾਣੀ ਦੇ ਉੱਤੇ ਚਲਾ ਗਿਆ। ਪਹਿਲੇ ਸ਼ਗਿਰਦਾਂ ਨੂੰ ਬੜਾ ਗੁੱਸਾ ਆਇਆ, ਬੜਾ ਕ੍ਰੋਧ ਆਇਆ, ਕਹਿੰਦੇ ਅਸੀਂ ਇੰਨੀ ਇੰਨੀ ਦੇਰ ਤੋਂ ਬੈਠੇ ਹਾਂ, ਏਡੀਆਂ ਭਗਤੀਆਂ ਕਰਦੇ, ਏਡੀ ਆਪਣੇ ਗੁਰੂ ਦੀ ਸੇਵਾ ਕਰਦੇ ਹਾਂ, ਸਾਡੇ ਜੀਵਨ ਦੇ ਵਿੱਚ ਏਦਾਂ ਦਾ ਕਦੇ ਨਹੀਂ ਹੋਇਆ, ਇਹ ਕੱਲ ਹੀ ਆਇਆ ਤੇ ਅੱਜ ਹੀ ਪਾਣੀ ਦੇ ਉੱਤੇ ਤੁਰ ਕੇ ਉੱਧਰ ਚਲੇ ਗਿਆ ਤੇ ਫਿਰ ਵਾਪਸ ਵੀ ਆ ਗਿਆ।
ਉਹਨਾਂ ਨੇ ਕਿਹਾ ਵੀ ਇਹ ਸਾਡੇ ਤੋਂ ਵੱਡਾ ਕਿੱਦਾਂ ਹੋ ਸਕਦਾ, ਅਸੀਂ ਵੀ ਤਾਂ ਉਸੇ ਗੁਰੂ ਦੇ ਚੇਲੇ ਹੈਗੇ ਹਾਂ। ਉਹ ਕਹਿੰਦੇ ਆਓ ਆਪਾਂ ਵੀ ਪਾਣੀ ਉੱਤੇ ਤੁਰਾਂਗੇ, ਉਹ ਵੀ ਚਲੇ ਗਏ ਪਾਣੀ ਉੱਤੇ ਪੈਰ ਰੱਖਿਆ ਤੇ ਡੁੱਬ ਕੇ ਡੁਬਕੀਆਂ ਖਾ ਖੂ ਕੇ ਤੇ ਵਾਪਸ ਆ ਗਏ ਪਾਣੀ ਦੇ ਨਾਲ ਭਰੇ ਹੋਏ ਗਿੱਲੇ ਹੋਏ ਹੋਏ। ਤੇ ਉਸਤਾਦ ਪੁੱਛਦਾ ਕਹਿੰਦਾ ਇਹ ਕੀ ਹਸ਼ਰ ਬਣਾਇਆ, ਤੇ ਸਾਰੀ ਵਰਤਾਂਤ ਉਹਨੇ ਦੱਸਿਆ ਵੀ ਆਹ ਕੁਛ ਵਾਪਰਿਆ ਜੀ, ਜਿਹੜਾ ਤੁਹਾਡਾ ਕੋਈ ਨਵਾਂ ਸ਼ਗਿਰਦ ਆਇਆ ਨਾ ਉਹ ਗੱਲ ਪਾਣੀ ਉੱਤੇ ਚੱਲ ਕੇ ਤੇ ਪਾਲੇ ਪਾਸੇ ਚਲਾ ਗਿਆ ਤੇ ਉਧਰੋਂ ਵਾਪਸ ਆ ਗਿਆ। ਕਹਿੰਦਾ ਇਹ ਤੇ ਕੁਛ ਵੀ ਨੀਗਾ, ਇਹ ਤੇ ਤੁਸੀਂ ਪਹਾੜਾਂ ਤੇ ਵੀ ਛਲਾਂਗ ਲਗਾ ਦੋ ਤੁਹਾਡਾ ਕੁਛ ਨੀ ਵਿਗੜੂਗਾ। ਉਹ ਗਿਆ ਜਿਹੜਾ ਨਵਾਂ ਸ਼ਗਿਰਦ ਸੀਗਾ ਉਹਨੇ ਪਹਾੜ ਤੋਂ ਛਲਾਂਗ ਲਗਾਈ, ਉਹਨੂੰ ਕੁਛ ਨੀ ਹੋਇਆ। ਦੂਜਿਆਂ ਨੇ ਛੋਟੀਆਂ ਛੋਟੀਆਂ ਪਹਾੜੀਆਂ ਤੇ ਟਰਾਈਆਂ ਕੀਤੀਆਂ ਤੇ ਕੋਈ ਬੇਚਾਰਾ ਲੱਤ ਤੜਾ ਕੇ ਕੋਈ ਬਾਂਹ ਤੜਾ ਕੇ ਤੇ ਆ ਰਿਹਾ ਵਾਪਸ। ਉਹ ਸਾਲ ਪੈਦਾ ਇਹ ਕੀ ਕਰਾਇਆ ਜੀ, ਕਹਿੰਦੇ ਵੀ ਅਸੀਂ ਤੁਹਾਡੇ ਸੁਣੀ ਸੀ ਗੱਲ ਤੇ ਅਸੀਂ ਵੀ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ 'ਚ ਤੇ ਕੁਛ ਨੀ ਵਾਪਰਿਆ। ਇਹਦੇ ਨਾਲ ਜੋ ਤੁਸੀਂ ਕਿਹਾ ਸੀ ਉਹ ਸਭ ਕੁਛ ਹੋ ਰਿਹਾ ਪਰ ਸਾਡੇ ਨਾਲ ਨਹੀਂ ਹੋ ਰਿਹਾ। ਕਈ ਵਾਰ ਇਹ ਸਾਡੇ ਲਈ ਇਹ ਵੀ ਗੱਲਾਂ ਜਿਹੜੀਆਂ ਬੜੀਆਂ ਇੱਕ ਮੁਸੀਬਤ ਦੀ ਵਜ੍ਹਾ ਬਣ ਜਾਂਦੀਆਂ ਵੀ ਇਹਦੇ ਨਾਲ ਹੋ ਰਿਹਾ ਤੇ ਮੇਰੇ ਨਾਲ ਕਿਉਂ ਨਹੀਂ ਹੋ ਰਿਹਾ। ਔਰ ਇਹਦਾ ਜਵਾਬ ਨੇ ਖੁਦਾ ਨੇ ਬੜਾ ਵਧੀਆ ਦਿੱਤਾ ਕਾਇਨ ਤੇ ਹਾਬਲ ਦੇ ਵੇਲੇ ਦੇ ਵਿੱਚ। ਕਹਿੰਦਾ ਜੇ ਤੂੰ ਭਲਾ ਕਰੇ ਤਾਂ ਕੀ ਉਹ ਉੱਚਾ ਨਾ ਕੀਤਾ ਜਾਵੇ, ਪਰ ਤੂੰ ਜਿਹੜਾ ਵੀ ਕੰਮ ਕਰਦਾ ਆ ਉਹ ਪਹਿਲਾਂ ਮਨ ਦੇ ਵਿੱਚ ਬੁਰਾਈ ਰੱਖ ਕੇ ਕਰਦਾ। ਪਹਿਲਾਂ ਇਹ ਦੱਸਿਓ ਟਾਈਮ ਕਿੰਨਾ ਹੋਇਆ, ਅੱਜ ਲੇਟ ਸੀਗੇ ਤੇ ਟਾਈਮ ਹਾਂਜੀ ਹੈਗੇ। ਜਿਹੜਾ ਵੀ ਜੇ ਤੂੰ ਚੰਗਾ ਕਰੇ ਤੇ ਕੀ ਉਹ ਉਤਾਹਾਂ ਨਾ ਕੀਤਾ ਜਾਵੇ, ਪਰ ਜੇ ਤੂੰ ਬੁਰਾ ਕਰੇ ਤੇ ਪਾਪ ਸ਼ੈ ਲਾ ਕੇ ਬੈਠਾ ਆ। ਪਰ ਨਾਲ ਖੁਦਾ ਕੀ ਕਹਿੰਦਾ ਆ, ਪਾਪ ਤੇਰੇ ਉੱਤੇ ਕਾਬਜ ਹੋਵੇ ਇਸ ਤੋਂ ਪਹਿਲਾਂ ਤੂੰ ਪਾਪ ਨੂੰ ਦੱਬ ਲਾ। ਪਰ ਅਸੀਂ ਆਪਣੇ ਜੀਵਨ ਚ ਐਸਾ ਹੋਣ ਨਹੀਂ ਦਿੰਦੇ, ਅਸੀਂ ਮੁਸੀਬਤ ਚ ਪੈ ਜਾਂਦੇ। ਇਹਦੇ ਨਾਲ ਕਿਉਂ ਹੋ ਰਿਹਾ, ਇਹਦੇ ਨਾਲ ਕਿਉਂ ਹੋ ਰਿਹਾ, ਇਹਦੇ ਨਾਲ ਕਿਉਂ ਹੋ ਰਿਹਾ? ਇਨਸਾਨ ਆਪਣੀਆਂ ਖੁਸ਼ੀਆਂ ਦੇ ਵਿੱਚ ਓਨਾ ਕੁਛ ਨਹੀਂ ਜਿੰਨਾ ਦੂਸਰੇ ਦੀ ਖੁਸ਼ੀ ਨੂੰ ਦੇਖ ਕੇ ਦੁੱਖ ਦੇ ਵਿੱਚ ਆ। ਉਹਦੀ ਵਜ੍ਹਾ ਹੀ ਆ, ਸਾਡੇ ਪਿਤਾ ਜੀ ਹੁਣੇ ਦੱਸ ਦਿੰਦੇ ਸੀ ਗੱਲ, ਕਹਿੰਦੇ ਵੀ ਕਿਸੇ ਇਨਸਾਨ ਨੂੰ ਖੁਦਾ ਦੇ ਫਰਿਸ਼ਤੇ ਨੇ ਆ ਕੇ ਕਿਹਾ ਵੀ ਮੰਗ ਵੀ ਕੀ ਮੰਗਣਾ, ਤੈਨੂੰ ਸਭ ਕੁਛ ਦਿੱਤਾ ਜਾਊਗਾ। ਉਹਨੇ ਮੰਗਣਾ ਸ਼ੁਰੂ ਕੀਤਾ, ਨਾਲ ਕਹਿੰਦੇ ਵੀ ਇੱਕ ਮਿੰਟ ਰੁਕ ਜਾ, ਪਹਿਲਾਂ ਤੈਨੂੰ ਇੱਕ ਗੱਲ ਦੱਸ ਦਈਏ ਵੀ ਜੋ ਕੁਛ ਤੂੰ ਮੰਗਣਾ ਤੇਰੇ ਗੁਆਂਢੀ ਨੂੰ ਡਬਲ ਕਰਕੇ ਮਿਲਣਾ। ਉਹ ਕਹਿੰਦਾ ਗੁਆਂਢੀ ਨੂੰ ਦਿਖਾਉਣ ਦੇ ਲਈ ਤੇ ਮੰਗਣਾ ਸੀ, ਜੇ ਉਹਨੂੰ ਡਬਲ ਕਰਕੇ ਮਿਲਣਾ ਤੇ ਫਿਰ ਮੈਨੂੰ ਕੀ ਫਾਇਦਾ। ਖੁਦਾ ਦੇ ਦਾਸ ਨੂੰ ਇੱਕ ਨੇ ਕਿਹਾ, ਕਹਿੰਦਾ ਪ੍ਰਾਰਥਨਾ ਕਰੋ ਮੇਰੀ ਲੈਟਰੀ ਨਿਕਲ ਆਵੇ ਤੇ ਮੇਰੇ ਦਿਨ ਬਦਲ ਜਾਣ। ਖੁਦਾ ਦਾ ਦਾਸ ਕਹਿੰਦਾ ਪ੍ਰਾਰਥਨਾ ਕਰ ਦਿੰਦੇ ਤੇਰੀ ਲੈਟਰੀ ਤੇ ਨਿਕਲ ਆਊਗੀ, ਪਰ ਖੁਦਾ ਦੇ ਲਈ ਕਰੂੰਗਾ। ਉਹ ਕਹਿੰਦਾ ਦਸਵਾਂ ਹਿੱਸਾ ਖੁਦਾ ਨੂੰ, ਇਮਾਨਦਾਰੀ ਨਾਲ ਕਹਿੰਦੇ ਵੀ ਲੈਟਰੀ ਦਾ ਦਸਵਾਂ ਹਿੱਸਾ ਥੋੜੀ ਬਣਦਾ, ਉਹ ਤੇ ਮਿਹਨਤ ਦੀ ਕਮਾਈ ਦਾ ਦਸਵਾਂ ਹਿੱਸਾ ਬਣਦਾ, ਲੈਟਰੀ ਦਾ ਤਾਂ ਤੈਨੂੰ ਜ਼ਿਆਦਾ ਦੇਣਾ ਚਾਹੀਦਾ। ਕਹਿੰਦੇ ਤੁਸੀਂ ਦੱਸੋ ਵੀ ਕਿੰਨਾ, ਕਹਿੰਦੇ ਵੀ 90% ਤੈਨੂੰ ਦੇਣਾ ਚਾਹੀਦਾ, 10 ਰੱਖਣਾ ਚਾਹੀਦਾ। ਕਹਿੰਦੇ ਲਓ ਜੀ ਇਹ ਕਿੱਦਾਂ ਹੋ ਜਾਵੇ ਲੈਟਰੀ।